ਹਜੇ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੇ ਜਲੰਧਰ ਕੋਠੀ ਦੇ ਵਿੱਚ ਰਹਿਣਾ ਹੀ ਸ਼ੁਰੂ ਨਹੀਂ ਕੀਤਾ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਕੋਠੀ ਦੇ ਬਾਹਰ ਜਿਹੜੇ ਨੇ ਉਹ ਧਰਨੇ ਲੱਗਣੇ ਸ਼ੁਰੂ ਹੋ ਗਏ ਨੇ। ਅੱਜ ਪਹਿਲਾ ਧਰਨਾ ਜਿਹੜਾ ਹੈ ਉਹ ਜਲੰਧਰ ਸੀਐਮ ਦੀ ਕੋਠੀ ਦੇ ਬਾਹਰ ਲੱਗਿਆ ਹੈ। ਸਭ ਤੋਂ ਪਹਿਲਾਂ ਤੁਸੀਂ ਤਸਵੀਰ ਜ਼ਰੂਰ ਦੇਖੋ, ਜਿਸ ਜਗ੍ਹਾ ਦੇ ਉੱਤੇ ਬੈਰੀਕੇਡ ਲੱਗੇ ਹੋਏ ਨੇ, ਇਸ ਤੋਂ 700 ਮੀਟਰ ਦੀ ਦੂਰੀ 'ਤੇ ਜਿਹੜਾ ਹੈ ਉਹ ਸੀਐਮ ਹੋਰਾਂ ਦਾ ਜਿਹੜਾ ਹੈ ਉਹ ਘਰ ਹੈ, ਜੋ ਕਿ ਦੱਸਿਆ ਜਾ ਰਿਹਾ ਹੈ। ਪ੍ਰੋਪਰ ਤੁਹਾਨੂੰ ਕੱਲ੍ਹ ਜਿਹੜੀ ਹੈ ਉਹ ਸੀਐਮ ਘਰ ਦੀਆਂ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀਆਂ ਨੇ। ਇਸ ਤੋਂ ਬਾਅਦ ਜਿਹੜਾ ਹੈਗਾ ਹੈ ਉਹ ਅੱਜ ਸੀਐਮ ਘਰ ਦੇ ਅੱਜ ਸੀਐਮ ਘਰ ਦੇ ਬਾਹਰ ਜਿਹੜੇ ਨੇ ਉਹ ਧਰਨੇ ਲੱਗਣੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ। ਹਾਲਾਂਕਿ 700 ਮੀਟਰ ਪਹਿਲਾਂ ਹੀ ਜਿਹੜੀ ਹੈ ਉਹ ਪੰਜਾਬ ਪੁਲਿਸ ਵੱਲੋਂ ਬੈਰੀਕੇਟਿੰਗ ਕਰ ਦਿੱਤੀ ਗਈ ਹੈਗੀ ਆ। ਪ੍ਰੋਪਰ ਤਰੀਕੇ ਦੇ ਜਿਹੜੇ ਸਖ਼ਤ ਜਿਹੜੇ ਨੇ ਉਹ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਕੋਈ ਵੀ ਮੁਲਾਜ਼ਮ ਜਿਹੜਾ ਹੈ ਉਹ ਜਾਂ ਫਿਰ ਕੋਈ ਵੀ ਧਰਨਾ ਪ੍ਰਦਰਸ਼ਨਕਾਰੀ ਜਿਹੜਾ ਹੈ ਉਹ ਇਸ ਜਗ੍ਹਾ ਤੋਂ ਅੱਗੇ ਨਾ ਜਾ ਸਕੇ। ਹਾਲਾਂਕਿ ਜੇਕਰ ਕੱਲ੍ਹ ਦੀ ਤਸਵੀਰ ਦਿਖਾਈਏ ਤਾਂ ਕੱਲ੍ਹ ਇਸ ਜਗ੍ਹਾ ਦੇ ਉੱਤੇ ਨਾ ਤਾਂ ਕੋਈ ਬੈਰੀਕੇਟਿੰਗ ਸੀ ਅਤੇ ਨਾ ਹੀ ਕੋਈ ਵੀ ਜਿਹੜਾ ਹੈ ਉਹ ਪੁਲਿਸ ਮੁਲਾਜ਼ਮ ਸੀ। ਪਰ ਜਿਵੇਂ ਹੀ ਖਬਰਾਂ ਚੱਲਦੀਆਂ ਨੇ, ਜਿਸ ਤੋਂ ਬਾਅਦ ਜਿਹੜਾ ਹੈਗਾ ਉਹ ਲਗਾਤਾਰ ਧਰਨੇ ਪ੍ਰਦਰਸ਼ਨ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ। 500 ਤੋਂ ਵੀ ਵੱਧ ਜਿਹੜੇ ਨੇ ਉਹ ਟੀਚਰ ਪਹਿਲਾਂ ਧਰਨਾ ਲਗਾ ਕੇ ਜਾ ਚੁੱਕੇ ਨੇ ਅਤੇ ਉਸ ਤੋਂ ਬਾਅਦ ਹੁਣ ਡਾਕਟਰਾਂ ਵੱਲੋਂ ਵੀ ਜਿਹੜਾ ਹੈ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਧਾਨ ਸਾਹਿਬ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਕੱਲ੍ਹ ਇਸ ਜਗ੍ਹਾ ਦੇ ਉੱਤੇ ਕੁਝ ਦੇਖਣ ਨੂੰ ਨਹੀਂ ਮਿਲਿਆ ਸੀ, ਨਾ ਤਾਂ ਬੈਰੀਕੇਟਿੰਗ ਨਾ ਕੁਛ। ਅੱਜ ਤੁਸੀਂ ਧਰਨਾ ਲਗਾਉਣਾ ਜਿਹੜਾ ਹੈ ਉਹ ਤੁਸੀਂ ਧਰਨਾ ਲਗਾਉਣ ਦੇ ਲਈ ਆ ਗਏ ਹੋ, ਮੇਨ ਕਿਹੜੀਆਂ ਮੰਗਾਂ ਤੁਹਾਡੀਆਂ ਜਿਸ ਕਾਰਨ ਤੁਹਾਨੂੰ ਜਲੰਧਰ ਦੇ ਵਿੱਚ ਸੀਐਮ ਜੋ ਕਿ 4-5 ਦਿਨਾਂ ਦੇ ਲਈ ਰਹਿਣ ਲਈ ਆ ਰਹੇ ਨੇ ਉਹਨਾਂ ਦੇ ਘਰ ਬਾਹਰ ਤੁਹਾਨੂੰ ਧਰਨਾ ਲਾਉਣਾ ਪੈ ਰਿਹਾ? ਅਸੀਂ ਪਸ਼ੂ ਪਾਲਣ ਦੇ ਵਿਭਾਗ ਦੇ ਵਿੱਚ ਤਕਰੀਬਨ 18 ਸਾਲ ਤੋਂ ਬਤੌਰ ਵੈਟਨਰੀ ਫਾਰਮਾਸਿਸਟ ਠੇਕੇ 'ਤੇ ਕੰਮ ਕਰ ਰਹੇ ਹਾਂ। ਪਿਛਲੇ 18 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਨਾ ਹੀ ਸਾਨੂੰ ਰੈਗੂਲਰ ਕੀਤਾ, ਨਾ ਹੀ ਸਾਡੀ ਕੋਈ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ। ਸੋ ਸਾਡੇ ਵੈਟਨਰੀ ਫਾਰਮਾਸਿਸਟ ਪਿਛਲੇ ਲੰਬੇ ਸਮੇਂ ਤੋਂ ਭਰੇ ਪੀਤੇ ਬੈਠੇ ਹੈ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਪੂਰਾ ਤਨੋ ਮਨੋ ਜ਼ੋਰ ਲਾ ਕੇ ਇਹਨਾਂ ਨੇ ਇਹ ਜਿਹੜੀ ਸਰਕਾਰ ਲਿਆਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਜਿਹੜੀ ਉਹ ਨਿਭਾਈ ਸੀ ਕੱਚੇ ਮੁਲਾਜ਼ਮਾਂ ਨੇ। ਪਰ ਅੱਜ 2.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ, ਸਾਡੇ ਨਾਲ ਮੀਟਿੰਗ ਤੱਕ ਕਰਨੀ ਜ਼ਰੂਰੀ ਨਹੀਂ ਸਮਝੀ, ਤਾਂ ਕਰਕੇ ਸਾਨੂੰ ਇਹ ਜਿਹੜੀ ਜ਼ਿਮਨੀ ਚੋਣ ਹੈ ਇਹਨੂੰ ਮੁੱਖ ਰੱਖ ਕੇ ਇੱਥੇ ਜਿਹੜਾ ਇਹ ਪ੍ਰੋਗਰਾਮ ਉਲੀਕਣਾ ਪਿਆ। ਭਗਵੰਤ ਸਿੰਘ ਮਾਨ ਹੋਰੀ ਤਾਂ ਕਹਿੰਦੇ ਨੇ ਕਿ ਬਈ ਮੈਂ ਹੌਲੀ ਹੌਲੀ ਸਾਰਿਆਂ ਦੇ ਜਿਹੜੇ ਨੇ ਉਹ ਕੰਮ ਕਰ ਰਿਹਾ ਹੈਗਾ ਵਾ, ਚਾਹੇ ਕੱਚੇ ਮੁਲਾਜ਼ਮ ਨੇ ਜਾਂ ਫਿਰ ਦੂਸਰੇ ਮੁਲਾਜ਼ਮ ਨੇ, ਉਹਨਾਂ ਸਾਰਿਆਂ ਨੂੰ ਉਹਨਾਂ ਦਾ ਬਣਦਾ ਸਨਮਾਨ ਮਾਣ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ, ਫਿਰ ਅਜਿਹੇ ਧਰਨੇ ਕਿਉਂ? ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈ ਸਿਰਫ ਕਾਗਜ਼ੀ ਗੱਲਾਂ, ਇਹ ਸਿਰਫ ਸੋਸ਼ਲ ਮੀਡੀਆ 'ਤੇ ਆਉਣ ਵਾਲੀਆਂ ਗੱਲਾਂ ਹੈ। ਤੁਹਾਨੂੰ ਮੈਂ ਗੱਲ ਦੱਸਾਂ ਵੀ ਸਾਡੇ ਹੱਕ ਦੇ ਵਿੱਚ 2014 ਦੇ ਵਿੱਚ ਸਾਡੇ ਧਰਨੇ ਦੇ ਵਿੱਚ ਆ ਕੇ ਭਗਵੰਤ ਮਾਨ ਸਾਹਿਬ ਨੇ ਖੁਦ ਕਿਹਾ ਸੀ, ਆਪਦੇ ਪੇਜ ਤੋਂ ਮੈਸੇਜ ਪਾ ਕੇ ਕਿਹਾ ਸੀ, ਨਾਲ ਫੋਟੋ ਹੈ ਸਾਡੀ ਬਕਾਇਦਾ ਸਾਰਿਆਂ ਦੀ, ਕਿ ਸਰਕਾਰ ਜੀ ਇਹਨਾਂ ਦੀ ਵੀ ਸੁਣੋ। ਅੱਜ ਉਹਨਾਂ ਦੇ ਪੇਜ ਦੇ ਉੱਤੇ ਮੈਸੇਜ ਜਿਉਂ ਦਾ ਤਿਉਂ ਹੈ, ਅਤੇ ਜਿਹੜਾ ਸਰਕਾਰ ਦੇ ਵਿੱਚ ਵੀ ਉਹ ਖੁਦ ਹੈ, ਯਾਨੀ ਕਿ ਆਪਣੇ ਪੇਜ ਤੋਂ ਆਪਣੇ ਆਪ ਨੂੰ ਕਹਿ ਰਹੇ ਹੈ ਕਿ ਇਹਨਾਂ ਦਾ ਕੁਛ ਕਰੋ, ਲੇਕਿਨ ਕਰ ਕੁਛ ਨਹੀਂ ਰਹੇ, ਈਵਨ ਮੀਟਿੰਗ ਤੱਕ ਨਹੀਂ ਦੇਣੀ ਉਹ ਜ਼ਰੂਰੀ ਨਹੀਂ ਸਮਝਦੇ। ਸੋ ਇਸੇ ਚੀਜ਼ ਦੇ ਰੋਸ ਵਜੋਂ ਸਾਡੇ ਜਿਹੜੇ ਵੈਟਨਰੀ ਫਾਰਮਾਸਿਸਟ ਹੈ ਇਹਨਾਂ ਨੇ ਅੱਜ ਇੱਥੇ ਜਿਹੜਾ ਇਹ ਪ੍ਰੋਗਰਾਮ ਕਰਨਾ ਜ਼ਰੂਰੀ ਸਮਝਿਆ। ਟੋਟਲ ਕਿੰਨੇ ਕੁ ਇਹ ਜਿਹੜੇ ਨੇ ਡਾਕਟਰਸ ਨੇ ਜੋ ਵੈਟਨਰੀ ਫਾਰਮਾਸਿਸਟ ਹੈਗੇ ਨੇ, ਇਹ ਟੋਟਲ ਕਿੰਨੇ ਕੁ ਨੇ ਇਸ ਵਕਤ ਇੱਥੇ? ਅਸੀਂ 582 ਜਿਹੜੀ ਸਾਡੀ ਗਿਣਤੀ ਹੈ 582 ਹੈ। ਅਸੀਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ 582 ਹਸਪਤਾਲਾਂ ਦੇ ਵਿੱਚ, ਇੱਕ ਹਸਪਤਾਲ ਦੇ ਨਾਲ 5-5, 7-7 ਪਿੰਡ, ਕਈ ਕੁਛ ਹਸਪਤਾਲਾਂ ਨਾਲ 12-12 ਪਿੰਡ ਵੀ ਜੁੜੇ ਹੋਏ ਹੈ। ਅਸੀਂ ਇਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵਿੱਚ ਸੇਵਾਵਾਂ ਜਿਹੜੀਆਂ ਦਿੰਦੇ ਹੈ ਸਰਕਾਰੀ ਹਸਪਤਾਲ ਦੇ ਵਿੱਚ,
ਉਹਦੇ ਵਿੱਚ ਅਸੀਂ ਵੈਕਸੀਨ ਕਰਦੇ ਹਾਂ, ਗਰਭਧਾਨ ਦੇ ਟੀਕੇ ਲਾਉਂਦੇ ਹਾਂ, ਕਈ ਪ੍ਰਕਾਰ ਦੀ ਵੈਕਸੀਨ ਹੋ ਜਾਂਦੀ ਹੈ, FMD ਦੀ ਵੈਕਸੀਨ ਹੋ ਜਾਂਦੀ ਹੈ, ਗਲਘੋਟੂ ਦੀ ਵੈਕਸੀਨ ਹੋ ਜਾਂਦੀ ਹੈ, LSD ਦੀ ਵੈਕਸੀਨ ਹੋ ਜਾਂਦੀ ਹੈ। ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਅਸੀਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਮਤਲਬ ਇਹ ਜਿਹੜੀ ਸੇਵਾ ਉਹ ਨਿਭਾ ਰਹੇ ਹਾਂ। ਲੰਪੀ ਸਕਿਨ ਜਦੋਂ ਗਾਵਾਂ ਦੇ ਵਿੱਚ ਦੇਖਣ ਨੂੰ ਮਿਲੀ ਸੀਗੀ, ਉਦੋਂ CM ਭਗਵੰਤ ਸਿੰਘ ਮਾਨ ਹੋਰਾਂ ਨੇ ਵੀ ਇਹ ਕਿਹਾ ਸੀਗਾ ਕਿ ਬਈ ਜੋ ਆਪਣੇ ਜਿਹੜੇ ਡਾਕਟਰ ਨੇ, ਜੋ ਇਹਨਾਂ ਨੂੰ ਦੇਖਦੇ ਨੇ, ਜਾਨਵਰਸ ਨੂੰ ਦੇਖਦੇ ਨੇ, ਉਹ ਦਿਲ ਦੇ ਨਾਲ ਆਪਣੇ ਤਨਦੇਹੀ ਦੇ ਨਾਲ ਇਹ ਕੰਮ ਕਰਨ, ਅਸੀਂ ਉਹਨਾਂ ਦਾ ਬਣਦਾ ਸਮਾਨ ਜਿਹੜਾ ਹੈ ਉਹ ਦੇਵਾਂਗੇ। ਹਾਲਾਂਕਿ ਕਈ ਸਪੀਚਾਂ ਦੇ ਵਿੱਚ ਇਹ ਚੀਜ਼ਾਂ ਬੋਲੀਆਂ ਗਈਆਂ, ਪਰ ਹੁਣ ਤੁਹਾਨੂੰ ਧਰਨਾ ਕਿਉਂ ਲਗਾਉਣਾ ਪੈ ਰਿਹਾ ਹੈ? ਕਿ ਉਹ ਮੰਗਾਂ ਤੁਹਾਡੀਆਂ ਨਹੀਂ ਮੰਨੀਆਂ ਗਈਆਂ ਉਸ ਵੇਲੇ, ਜਾਂ ਫਿਰ ਜੋ CM ਭਗਵੰਤ ਸਿੰਘ ਮਾਨ ਹੋਰਾਂ ਨੇ ਵਾਅਦੇ ਕੀਤੇ ਉਹ ਪੂਰੇ ਨਹੀਂ ਕਰ ਰਹੇ? CM ਸਾਹਿਬ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਵੱਡਾ ਮਤਲਬ ਵੱਡੇ ਵੱਡੇ ਬੈਰੀਗੇਡ ਲਾ ਕੇ ਇਹਨਾਂ ਨੇ ਪ੍ਰਚਾਰ ਕੀਤਾ ਸੀ ਵੱਡੇ ਰੂਪ ਦੇ ਵਿੱਚ ਵੀ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ, ਮੈਂ ਤੁਹਾਡੇ ਇਹ ਚੈਨਲ 'ਤੇ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਇੱਕ ਵੀ ਕੱਚਾ ਮੁਲਾਜ਼ਮ ਜਿਹੜਾ ਇਹਨਾਂ ਨੇ ਪੱਕਾ ਨਹੀਂ ਕੀਤਾ, ਜੋ ਕਿ ਮਤਲਬ ਇਹ ਬਿਲਕੁਲ ਉਹ ਤੋਂ ਮੂੰਹ ਮੋੜਦੇ ਨਜ਼ਰ ਆ ਰਹੇ ਆ ਕੱਚੇ ਮੁਲਾਜ਼ਮਾਂ ਤੋਂ। ਕਿਸੇ ਵਿਭਾਗ ਦੇ ਵਿੱਚ ਮੁਲਾਜ਼ਮਾਂ ਦਾ ਜਿਹੜਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਸੁਖਾਵੇਂ ਰੂਪ ਦੇ ਵਿੱਚ ਹੈ ਨਹੀਂ, ਹਰੇਕ ਜਗ੍ਹਾ 'ਤੇ ਜਿਹੜਾ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾਂਦਾ। ਇੱਥੇ ਸਿਰਫ ਮੰਗਾਂ ਮੰਨਣ ਦੀ ਗੱਲ ਨਹੀਂ ਹੈਗੀ, ਸਾਡਾ ਬਕਾਇਦਾ ਮਹਿਕਮੇ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਮਾਤਰ 11,000 ਰੁਪਏ 'ਤੇ ਇੰਨੀ ਤਪਦੀ ਧੁੱਪ ਦੇ ਵਿੱਚ, ਗਰਮੀ ਦੇ ਵਿੱਚ ਸਾਥੋਂ ਪਸ਼ੂ ਪਾਲਣ ਵਿਭਾਗ ਦੇ ਵਿੱਚ ਸੇਵਾਵਾਂ ਜਿਹੜੀਆਂ ਉਹ ਲਈਆਂ ਜਾਂਦੀਆਂ, ਉਹ ਸਾਰਾ ਕੰਮ ਇਸ ਕੱਚੇ ਮੁਲਾਜ਼ਮਾਂ ਦੇ ਮੋਢਿਆਂ 'ਤੇ ਹੈ, ਇਹਨਾਂ ਵੈਟਨਰੀ ਫਾਰਮਾਸਿਸਟਾਂ ਦੇ, ਇਹਨਾਂ 582 ਮੁਲਾਜ਼ਮਾਂ ਦੇ ਸਿਰ 'ਤੇ ਹੈ। ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਉਹਨਾਂ ਨੂੰ ਇਹ ਤੱਕ ਪਤਾ ਨਹੀਂ। ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਨੇ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਤਾਂ ਅਸੀਂ ਜ਼ਰੂਰ ਇੱਧਰੋਂ ਵੱਡੇ ਫੈਸਲੇ ਲਵਾਂਗੇ, ਭਾਵੇਂ ਸਾਨੂੰ ਸਾਰਿਆਂ ਨੂੰ ਆਪਣੀਆਂ ਨੌਕਰੀਆਂ ਤੋਂ ਅਸਤੀਫਿਆਂ ਦੀ ਪੇਸ਼ਕਸ਼ ਕਿਉਂ ਨਾ ਕਰਨੀ ਪੈ ਜੇ ਭਗਵੰਤ ਮਾਨ ਸਾਹਿਬ ਨੂੰ। ਸੋ ਮੈਂ ਵੀ CM ਸਾਹਿਬ ਸਾਡੀ ਸੁਣ ਲਓ, ਇਹਨਾਂ 582 ਮੁਲਾਜ਼ਮਾਂ ਦੀ ਸੁਣ ਲਓ, ਵਰਨਾ ਤੁਹਾਨੂੰ ਜਿਹੜੇ ਚੋਣਾਂ ਦੇ ਵਿੱਚ ਨਤੀਜੇ ਵਿੱਚ ਭੁਗਤੇ ਹੈ। ਤੁਸੀਂ ਇਹਨਾਂ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਚੋਣ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਨਤੀਜੇ CM ਹੋਰਾਂ ਨੂੰ ਭੁਗਤਣੇ ਪੈਣਗੇ, ਮੇਨ ਤੁਸੀਂ ਹੁਣ ਜੇਕਰ ਤੁਹਾਡੀਆਂ ਮੰਗਾਂ ਤੁਸੀਂ ਰੱਖੀਆਂ ਹੋਈਆਂ ਨੇ, ਅੱਜ ਧਰਨਾ ਵੀ ਲਗਾਇਆ ਹੈ, ਦੇਖੋ ਜੀ ਉਹੀ ਗੱਲ ਹੈ, ਇੱਥੋਂ ਤਾਂ ਮਤਲਬ ਜਿਹੜਾ ਸਰਕਾਰ ਦੇ ਨਖਿੱਧਪੁਣੇ ਦਾ ਇੱਥੋਂ ਪਤਾ ਲੱਗਦਾ ਵੀ ਸਾਨੂੰ DC ਲੁਧਿਆਣਾ ਨੇ ਲਿਖਤੀ ਮੀਟਿੰਗ ਦਿੱਤੀ ਸੀ, ਇਹਨਾਂ ਨੇ ਲਿਖਤੀ ਮੀਟਿੰਗ ਕਰਨੀ ਜ਼ਰੂਰੀ ਨਹੀਂ ਸਮਝੀ, ਅਸੀਂ ਚੰਡੀਗੜ੍ਹੋਂ ਖਾਲੀ ਹੱਥ ਵਾਪਸ ਮੁੜੇ ਹਾਂ। ਅੱਜ ਹੁਣ ਅਸੀਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਕਰਵਾ ਦਿੰਦੇ ਹਾਂ ਤਾਂ ਉੱਥੇ ਅਸੀਂ ਐਗਜ਼ਾਮਪਲ ਦੇਣਾ ਚਾਹੁੰਦੇ ਹਾਂ, ਉਦਾਹਰਨ ਦੇਣਾ ਚਾਹੁੰਦੇ ਹਾਂ ਕਿ DC ਲੁਧਿਆਣਾ ਦੀ ਜਿਹੜਾ ਲੈਟਰ ਸੀਗਾ ਉਹਨੂੰ ਇਹਨਾਂ ਨੇ ਟਿੱਚ ਸਮਝਿਆ, CM ਦਫ਼ਤਰ ਦੇ ਜਿਹੜੇ ਅਫਸਰ ਹੈ, CM ਹਾਊਸ ਦੇ ਜਿਹੜੇ ਅਫਸਰ ਹੈ ਉਹਨਾਂ ਨੇ ਟਿੱਚ ਸਮਝਿਆ, ਉਹ ਲੈਟਰ ਉਵੇਂ ਲੈ ਕੇ ਵਾਪਸ ਜਿਹੜਾ ਚੰਡੀਗੜ੍ਹੋਂ ਆਉਣਾ ਪਿਆ ਸਾਨੂੰ, ਉਹਦੇ 'ਤੇ ਮੀਟਿੰਗ ਜਿਹੜੀ ਮਿਲੀ ਹੋਈ ਮੀਟਿੰਗ CM ਸਾਹਿਬ ਨੇ ਨਹੀਂ ਕੀਤੀ। ਹੁਣ ਕੋਈ ਆਇਆ ਸੀਗਾ ਮੁਲਾਜ਼ਮ ਤੁਹਾਨੂੰ ਮੀਟਿੰਗ ਦੇ ਲਈ ਕਹਿਣ ਦੇ ਲਈ, ਜਾਂ ਫਿਰ ਤੁਹਾਨੂੰ ਕਿਹਾ ਹੋਵੇ ਕਿ ਬਈ ਧਰਨਾ ਹਟਾ ਦਿਓ ਅਸੀਂ ਗੱਲਬਾਤ ਕਰ? ਸਰਕਾਰ ਦੀ ਮੰਤਰੀਆਂ ਦੀ ਇੱਕੋ ਲਾਰੇ ਦੀ ਨੀਤੀ ਹੈ, ਉਹੀ ਅੱਜ ਇੱਥੇ ਦੇਖਣ ਨੂੰ ਮਿਲੀ ਹੈ, ਇਹ ਕਹਿੰਦੇ ਆ ਤੁਹਾਨੂੰ 2 ਦਿਨਾਂ ਬਾਅਦ ਜਿਹੜੀ ਮੀਟਿੰਗ ਹੈ ਉਹ ਦਵਾ ਦੇਵਾਂਗੇ। ਪਰ ਅਸੀਂ ਕਿਵੇਂ ਮਤਲਬ ਯਕੀਨ ਕਰ ਲਈਏ ਜਦੋਂ ਇੱਕ DC ਦੇ ਲੈਟਰ ਦੇ ਉੱਤੇ CM ਸਾਹਿਬ ਨੇ ਮੀਟਿੰਗ ਨਹੀਂ ਦਿੱਤੀ? ਇਦੋਂ ਤੱਕ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ। ਅਸੀਂ ਇੱਥੇ ਪੱਕੇ ਧਰਨੇ ਦੇ ਵਿੱਚ ਰਹਾਂਗੇ, ਸੰਘਰਸ਼ ਕਰਾਂਗੇ ਘਰਾਂ ਦੇ ਵਿੱਚ ਜਾ ਕੇ, ਉਸੇ ਤਰੀਕੇ ਨਾਲ ਜਿਵੇਂ ਇਹ ਡੋਰ ਟੂ ਡੋਰ ਕਰਦੇ ਆ ਉਵੇਂ ਡੋਰ ਟੂ ਡੋਰ ਕਰਾਂਗੇ, ਅਤੇ ਲੋਕਾਂ ਨੂੰ ਜਾਗਰੂਕ ਦੀ ਨੌਜਵਾਨੀ ਨਾਲ ਪੰਜਾਬ ਦੇ ਭਵਿੱਖ ਨਾਲ ਕੀ ਕੀਤਾ ਇਹਦੇ ਵਾਸਤੇ ਹਰੇਕ ਮਤਲਬ ਵੋਟਰ ਨੂੰ ਜਲੰਧਰ ਦੇ ਨੂੰ ਦੱਸਿਆ ਜਾਊਗਾ ਆਉਣ ਵਾਲੇ ਮਤਦਾਨ ਦੇ ਟਾਈਮ ਵਾਸਤੇ ਜਿਹੜਾ ਜਾਗਰੂਕ, ਕਿਉਂਕਿ ਅਸੀਂ ਜਿਹੜਾ ਹੈਗਾ ਉਹ ਇਹਨਾਂ ਦਾ ਵਿਰੋਧ ਕਰਾਂਗੇ। ਕਿ ਤੁਹਾਡੀਆਂ ਜੇਕਰ ਜੋ ਤੁਸੀਂ ਮੰਗਾਂ ਲੈ ਕੇ ਆਏ ਹੋਏਗੇ ਹੋ ਇਸ ਦੀ ਸੁਣਵਾਈ ਨਹੀਂ ਹੁੰਦੀ ਹੈ, ਜਾਂ ਫਿਰ ਭਗਵੰਤ ਸਿੰਘ ਮਾਨ ਹੋਰੀ ਕੁਝ ਦਿਨਾਂ ਦੇ ਵਿੱਚ ਇੱਥੇ ਰਹਿਣ ਆਉਣਗੇ, ਜਾਂ ਫਿਰ ਤੁਹਾਡੀਆਂ ਮੰਗਾਂ ਨਹੀਂ ਮੰਨਦੇ, ਤੇ ਕੀ ਇੱਥੇ ਬਹਿ ਕੇ ਪ੍ਰੋਟੈਸਟ ਕਰੋਗੇ, ਜਾਂ ਫਿਰ ਜਿਸ ਜਗ੍ਹਾ ਦੇ ਉੱਤੇ ਇਲੈਕਸ਼ਨ ਹੋ ਰਹੇ ਨੇ ਉਸ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਪ੍ਰਚਾਰ ਕਰਨ? ਦੇਖੋ ਜਿਹੜਾ ਮਤਲਬ ਅਖੀਰਲਾ ਫੈਸਲਾ ਉਹ ਅਸੀਂ ਸਾਰਿਆਂ ਦੀ
ਰਹਿ ਨਾਲ ਲਵਾਂਗੇ। ਸਾਡੀ ਸੂਬਾ ਕਮੇਟੀ ਬਣੀ ਹੋਈ ਹੈ, ਉਹਦੀ ਆਉਣਾ ਚਾਹੁੰਦਾ ਕਿ ਹੁਣ ਅਸੀਂ ਘਰਾਂ 'ਚੋਂ ਨਿਕਲਿਆ ਜੀ, ਹਸਪਤਾਲਾਂ 'ਚੋਂ ਅਸੀਂ ਬਾਹਰ ਆ ਗਏ, ਹੁਣ ਅਸੀਂ ਆਪਦੀਆਂ ਮੰਗਾਂ ਮਨਵਾਏ ਬਿਨਾਂ ਅਸੀਂ ਵਾਪਸ ਹਸਪਤਾਲਾਂ ਦੇ ਵਿੱਚ ਨਹੀਂ ਜਾਵਾਂਗੇ, ਡਿਊਟੀਆਂ 'ਤੇ ਨਹੀਂ ਜਾਵਾਂਗੇ। ਚਾਹੇ ਜਲੰਧਰ ਦੀ ਜਿਮਣੀ ਚੋਣ ਹੈ, ਚਾਹੇ ਗਿੱਦੜਵਾਈ ਦੀ ਚੋਣ ਆਊਗੀ, ਚਾਹੇ ਬਰਵੀ ਚੋਣ ਆਊਗੀ, ਅਸੀਂ ਉਹਦੇ ਵਿੱਚ ਸਰਕਾਰ ਦਾ ਜਿਹੜਾ ਚਿਹਰਾ ਉਹ ਬੇਨਕਾਬ ਕਰਾਂਗੇ ਪੰਜਾਬ ਦੀ ਪਬਲਿਕ ਦੇ ਸਾਹਮਣੇ, ਪੰਜਾਬ ਦੇ ਵੋਟਰ ਦੇ ਸਾਹਮਣੇ। ਸ਼ੁਕਰੀਆ। ਤਾਂ ਬਿਲਕੁਲ, ਇਹ ਕੱਚੇ ਮੁਲਾਜ਼ਮ ਤੁਸੀਂ ਕਹਿ ਸਕਦੇ ਹੋ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀਆਂ ਕਾਫੀ ਮੰਗਾਂ ਨੇ, ਜਿਸ ਨੂੰ ਲੈ ਕੇ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਜਿਹੜਾ ਹੈ ਉਹ ਮੀਟਿੰਗ ਵੀ ਕਰਕੇ ਨੇ, ਪਰ ਮੀਟਿੰਗ ਦੇ ਵਿੱਚ ਵੀ ਕਿਸੇ ਤਰੀਕੇ ਦਾ ਸਿੱਟਾ ਨਹੀਂ ਨਿਕਲਿਆ। ਪਰ ਹੁਣ ਜਦੋਂ ਦੁਬਾਰਾ ਇਹਨਾਂ ਨੂੰ ਮੀਟਿੰਗ ਦੇ ਲਈ ਸੱਦਿਆ ਗਿਆ, ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਡੀਸੀ ਲੁਧਿਆਣਾ ਨੇ ਇਹਨਾਂ ਨੂੰ ਲਿਖਤੀ ਦੇ ਵਿੱਚ ਦਿੱਤਾ ਸੀਗਾ ਕਿ ਇਹਨਾਂ ਦੀ ਜਿਹੜੀ ਹੈ ਉਹ ਮੀਟਿੰਗ ਕੀਤੀ ਜਾਵੇ, ਕਰਾਈ ਜਾਵੇਗੀ, ਪਰ ਇਹ ਜਦੋਂ ਮੀਟਿੰਗ ਦੇ ਲਈ ਚੰਡੀਗੜ੍ਹ ਜਾਂਦੇ ਨੇ ਤਾਂ ਇਹਨਾਂ ਨੂੰ ਵਾਪਸ ਜਿਹੜਾ ਹੈ ਉਹ ਮੁੜਨਾ ਪੈਂਦਾ ਹੈ। ਤਾਂ ਅੱਕ ਕੇ ਇਹਨਾਂ ਵੱਲੋਂ ਹੁਣ ਦੁਬਾਰਾ ਤੋਂ ਜਿਹੜਾ ਹੈ ਉਹ ਧਰਨਾ ਪ੍ਰਦਰਸ਼ਨ ਲਗਾਉਣਾ ਪੈ ਰਿਹਾ ਹੈ। ਹਾਲਾਂਕਿ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦਾ ਕੱਲ੍ਹ ਹੀ ਜਿਹੜਾ ਹੈ ਉਹ ਅਨਾਊਂਸਮੈਂਟ ਹੋਇਆ ਸੀ ਕਿਸ ਜਗ੍ਹਾ ਦੇ ਉੱਤੇ ਸੀਐਮ ਭਗਵੰਤ ਸਿੰਘ ਮਾਨ ਹੋਰੀ ਜਿਹੜੇ ਨੇ ਉਹ ਕੋਠੀ ਲੈ ਕੇ ਰਹਿ ਰਹੇ ਨੇ, ਤਾਂ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਹੈ ਉਹ ਹੁਣ ਧਰਨੇ ਦੇਖਣ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ। ਇਹ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦੇ ਘਰ ਤੋਂ ਤਕਰੀਬਨ 800 ਮੀਟਰ ਦੀ ਦੂਰੀ ਅਤੇ ਜਿਹੜਾ ਹੈ ਉਹ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ। ਹਾਲਾਂਕਿ ਜੇਕਰ ਮੈਂ ਜਲੰਧਰ ਤੋਂ ਪਰਾਗਪੁਰ ਨੂੰ ਆਉਂਦੇ ਵਾਲੇ ਰਸਤੇ ਦੀ ਜੇਕਰ ਗੱਲ ਕਰਾਂ ਤਾਂ ਅੱਗੇ ਵੀ ਜਿਹੜਾ ਹੈ ਉਹ ਹੌਲੀ ਹੌਲੀ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ, ਤਾਂ ਕਿ ਕਿਸੇ ਵੀ ਪਾਸਿਓ, ਚਾਹੇ ਉਹ ਜਲੰਧਰ ਕੈਂਟ ਨਕੋਦਰ ਵਾਲਾ ਰਾਸਤਾ ਹੋਵੇ ਜਾਂ ਫਿਰ ਚਾਹੇ ਉਹ ਜਲੰਧਰ ਸ਼ਹਿਰ ਵੱਲੋਂ ਰਸਤਾ ਹੋਵੇ, ਉਹਨਾਂ ਸਾਰੇ ਰਸਤਿਆਂ ਦੇ ਉੱਤੇ ਹੁਣ ਹੌਲੀ ਹੌਲੀ ਜਿਹੜਾ ਹੈ ਉਹ ਬੈਰੀਕੇਟਿੰਗ ਅਤੇ ਪ੍ਰੋਪਰ ਤਰੀਕੇ ਦੀ ਜਿਹੜੀ ਹੈ ਉਹ ਸਿਕਿਉਰਿਟੀ ਲਗਾ ਦਿੱਤੀ ਗਈ ਹੈ, ਤਾਂ ਕਿ ਕਿਸੇ ਵੀ ਤਰੀਕੇ ਦੇ ਮੁਲਾਜ਼ਮ ਜਿਹੜੇ ਨੇ ਜਾਂ ਫਿਰ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦੇ ਘਰ ਦੇ ਵਿੱਚ ਬਿਨਾਂ ਪਰਮਿਸ਼ਨ ਨਾ ਵੜ ਸਕਣ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਬਾਬੂ ਸ਼ੋਈ ਟਾਈਮ, ਜਲੰਧਰ।